ਹੈਲੋ एवरीवन वेरी गुड आफ्टरनून टू ऑल वेलकम टू सक्सेसटी पंजाब सफलता ਦੇ ਰੁਖ ਵਿੱਚ ਥੋੜਾ ਸਾਰਾ ਨਿਕਾ ਸਵਾਗਤ ਹੈ ਅ ਤੋ ਅੱਜ ਦੇ ਸੈਸ਼ਨ ਦੀ ਜੇ ਆਪਾਂ ਗੱਲ ਕਰੇ ਜਿਵੇਂ ਕਿ ਤੁਹਾਨੂੰ ਮੈਂ ਦੱਸਿਆ ਸੀ ਜਿਹੜਾ ਕੱਲ ਦਾ ਸੈਸ਼ਨ ਹੈ ਜਿਹਦੇ ਵਿੱਚ ਤੁਸੀਂ ਦੇਖਿਆ ਹੋਊਗਾ ਆਪਾਂ ኦਪਰੇਟਿੰਗ ਸਿਸਟਮ ਰਿਲੇਟਡ ਐਮਸੀਕਿਊ ਡਿਸਕਸ ਕੀਤੇ ਸੀ ਤੇ ਅੱਜ ਦੇ ਸੈਸ਼ਨ ਦੇ ਵਿੱਚ ਵੀ ਆਪਾਂ ኦਪਰੇਟਿੰਗ ਸਿਸਟਮ ਰਿਲੇਟਡ ਐਮਸੀਕਿਊ ਡਿਸਕਸ ਕਰਾਂਗੇ ਮੈਂ ਉਮੀਦ ਕਰਦਾ ਤੁਹਾਡੇ ਸਾਰੇ ਦੀ ਦੀਵਾਲੀ ਤੇ ਵਿਸ਼ਕਰਮਾ ਦੇ ਕਾਫੀ ਜ਼ਰਾ ਵਧੀਆ ਨਿਕਲਿਆ ਹੋਊਗਾ ਤੇ ਅੱਜ ਦੇ ਦਿਨ ਦੀ ਗੱਲ ਕਰੇ ਤੁਹਾਨੂੰ ਸਾਰਿਆਂ ਨੂੰ ਭਾਈ ਦੂਸਦੀਆਂ ਮੁਬਾਰਕਾਂ ਅਗਰ ਭਾਈ ਦੋਸਤੀ ਗੱਲ ਕਰੀਏ ਮੈਂ ਦੇਖੋ ਭੈਣਾ ਭਰਾਵਾਂ ਦੀ ਅਗਰ ਮੈਂ ਗੱਲ ਕਰਾਂ ਤਾਂ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਨੌਕ ਜੋਗਤਾ ਚੱਲਦੀ ਰਹਿੰਦੀ ਹੈ ਕੁਝ ਭਾਈ ਜ਼ਿਆਦਾਤਰ ਇਹ ਜੇ ਹੁੰਦੇ ਹੀ ਨੇ ਠੀਕ ਹੈ ਉਹ ਜਿਹੜੇ ਬ੍ਰਦਰ ਹੁੰਦੇ ਆ ਕਿ ਉਹ ਅਸਿਸਟੈਂਟ ਨੂੰ ਪਰੇਸ਼ਾਨ ਕਰਨਾ ਇਰੀਟੇਟ ਕਰਨਾ ਤੰਗ ਕਰਨਾ ਟੀਜ਼ ਕਰਨਾ ਇਹ ਸਾਰੀ ਨੇ ਸਾਰੀਆਂ ਚੀਜ਼ਾਂ ਦਾ ਚੱਲਦੀਆਂ ਰਹਿੰਦੀਆਂ ਠੀਕ ਹੈ ਉਮੀਦ ਕਰਦਾ ਹਾਂ ਅੱਜ ਵੀ ਚੱਲਣਗੀ ਤੇ ਬਰਕਰਾਰ ਹੀ ਰਹਿਣੀ ਹੈ ਤੁਹਾਡੇ ਨਾਲ ਜ਼ਿਆਦਾ ਗੁੱਸੇ ਹੋਣ ਦੀ ਲੋੜ ਨਹੀਂ ਭੈਣੋ ਠੀਕ ਹੈ ਤਾਂ ਮਤਲਬ ਇਹ ਸਾਰਾ ਕੁਝ ਹੁੰਦਾ ਹੀ ਰਹਿੰਦਾ ਚਲੋ ਜੀ ਬ੍ਰਾਦਰ ਦੇ ਸੈਸ਼ਨ ਦੀ ਆਪਾਂ ਸ਼ੁਰੂਆਤ ਕਰਦੇ ਹਾਂ ਚਲ ਦੇਖਦੇ ਹਾਂ ਸਭ ਤੋਂ ਪਹਿਲਾ ਕੁਐਸਚਨ ਹਾਂਜੀ ਅ ਸਭ ਤੋਂ ਪਹਿਲਾ ਕੁਐਸਚਨ ਦੇਖੋ ਵਟ ਇਜ਼ ਦੀ ਮੈਕਸਿਮਮ ਲੈਂਥ ਆਫ ਫਾਈਲ ਨੇਮ ਡੋਸ ਕਹਿੰਦਾ ਅਗਰ ਮੈਂ ਡੋਸ ਦੇ ਵਿੱਚ ਗੱਲ ਕਰਾਂ ਕਿ ਅਗਰ ਕਿਸੇ ਵੀ ਫਾਈਲ ਨੇਮ ਦੀ ਗੱਲ ਕਰਾਂ ਤਾਂ ਉਹਦੇ ਵਿੱਚ ਉਹਦਾ ਮੈਕਸਿਮਮ ਲੈਂਥ ਜਿਹੜੀ ਕਿੰਨੀ ਰਹੂਗੀ ਠੀਕ ਹੈ ਕਿਸੇ ਵੀ ਫਾਈਲ ਦੇ ਨੇਮ ਦੀ ਗੱਲ ਕਰਾਂ ਜੋ ਮੈਕਸਿਮਮ ਲਿਮਟ ਹੈ ਜੋ ਕਰੈਕਟਰਸ ਦੇ ਵਿੱਚ ਮੈਂ ਗੱਲ ਕਰ ਰਿਹਾ ਉਹ ਕਿੰਨੀ ਹੁੰਦੀ ਹੈ MS DOS ਦੀ ਗੱਲ ਕਰੀਏ ਜਿਵੇਂ ਕਿ ਆਪਾਂ ਕੱਲ ਵੀ ਦੇਖਿਆ ਸੀ ਕਿ MS DOS ਕਦੋਂ ਆਇਆ ਸੀ ਡਿਸਕਸ ਕੀਤਾ ਸੀ ਨਾ ਹਾਂਜੀ MS DOS ਕਦੋਂ ਆਇਆ ਸੀ ਚਲੋ ਇੱਕ ਕਮੈਂਟ ਕਰਕੇ ਦੱਸੋ ਤੁਸੀਂ ਬਹੁਤ ਵਧੀਆ ਦੱਸਤਾ ਤੇ ਉਹਦੇ ਨਾਲ ਨਾਲ ਜਿਹੜੇ ਪਰਸਨ ਦੇ ਦੁਆਰਾ ਇਹਨੂੰ ਡਵੈਲਪ ਕੀਤਾ ਗਿਆ ਸੀ MS DOS ਬਣਾਈ ਗਈ ਸੀ ਉਹਦਾ ਵੀ ਦੱਸ ਦਿਓ ਪਹਿਲਾਂ ਆਪਾਂ ਡਿਸਕਸ ਕੀਤਾ ਹੋਇਆ ਸਾਰਾ ਠੀਕ ਹੈ ਤਾਂ ਰਾਈਟ ਆਨਸਰ ਆਪਣੇ ਕੋਲ ਕੀ ਆਊਗਾ 8 ਕੈਰੈਕਟਰਸ ਜੋ ਫਾਈਲ ਨੇਮ ਦੀ ਲੈਂਥ ਰਹਿੰਦੀ ਹੈ ਉਹ ਕਿੰਨੀ ਰਹਿੰਦੀ ਹੈ 8 ਕੈਰੈਕਟਰ ਉਹਦੀ ਮੈਕਸਿਮਮ ਤੋਂ ਮੈਕਸਿਮਮ ਲੈਂਥ ਰਹਿੰਦੀ ਹੈ ਦੋਸ ਦੇ ਵਿੱਚ ਨੈਕਸਟ which file system was window 10 user ਅਗਰ ਮੈਂ ਵਿੰਡੋ 10 ਯੂਜ਼ਰ ਦੀ ਗੱਲ ਕਰੀਏ ਤਾਂ ਵਿੰਡੋ 10 ਯੂਜ਼ਰ ਦਾ ਜਿਹੜਾ ਫਾਈਲ ਸਿਸਟਮ ਹੈ ਉਹ ਕੀ ਹੈ ਵਿੰਡੋ 10 ਯੂਜ਼ਰ ਦਾ ਜਿਹੜਾ ਫਾਈਲ ਸਿਸਟਮ ਹੈ ਉਹ ਕੀ ਹੈ ਅ ਅਗਰ ਆਪਾਂ ਆਪਣੇ ਕੋਲ ਜਿਹੜੀਆਂ ਡਰਾਈਵਸ ਹੁੰਦੀਆਂ ਨੇ ਜਿਵੇਂ ਸੀ ਡੀ ਈ ਐਫ ਮਤਲਬ ਇਹ ਮਤਲਬ ਐਦਾਂ ਕਹਿ ਲਓ ਕਿ ਮੈਕਸਿਮਮ ਅੰਨੀਆਂ ਡਰਾਈਵਸ ਹਰ ਕਿਸੇ ਪੀਸੀ ਦੇ ਵਿੱਚ ਦਿਖ ਜਾਂਦੀ ਹੈ ਜਾਂ ਕਈਆਂ ਦੇ ਵਿੱਚ ਮਤਲਬ ਕਈਆਂ ਦੇ ਮਤਲਬ ਐਦਾਂ ਕਹਿ ਲਓ ਸ਼੍ਰਿੰਕ ਨਹੀਂ ਕੀਤੀ ਹੁੰਦੀ ਜਾਂ ਪਾਰਟੀਸ਼ਨ ਨਹੀਂ ਕੀਤੀ ਹੁੰਦੀ ਅਗਰ ਆਪਾਂ ਇਸ ਡਰਾਈਵਸ ਦੇ ਉੱਤੇ ਜਾ ਕੇ ਅਗਰ ਆਪਾਂ ਇਹਨਾਂ ਦੇ ਦੇਖਿਆ ਜਾਵੇ ਨਾ ਤਾਂ ਮਤਲਬ ਰਾਈਟ ਕਲਿਕ ਕਰਕੇ ਅਗਰ ਪ੍ਰੋਪਰਟੀਜ਼ ਦੇ ਵਿੱਚ ਵੀ ਜਾਈਏ ਜਾਂ 커ਸਰ ਸਿਰਫ ਇਹਨਾਂ ਦੇ ਉੱਤੇ ਰੱਖ ਦਈਏ ਤਾਂ ਆਪਾਂ ਨੂੰ ਥੋੜੀ ਇਨਫੋਰਮੇਸ਼ਨ ਦੱਸਣ ਲੱਗ ਜਾਂਦੀ ਹੈ ਡਰਾਈਵ ਬਾਰੇ ਤਾਂ ਉਹਦੇ ਵਿੱਚ ਆਪਾਂ ਨੂੰ ਇੱਕ ਆਈਡੀਆ ਹੋ ਜਾਂਦਾ ਵੀ ਇਹਦੇ ਵਿੱਚ ਕਿਹੜਾ ਫਾਈਲ ਸਿਸਟਮ ਜਿਹੜਾ ਯੂਜ਼ ਹੁੰਦਾ ਜਿਵੇਂ ਅਗਰ ਆਪਾਂ ਗੱਲ ਕਰੀਏ ਰੋ ਹੋ ਗਿਆ ਐਫ ਏ ਟੀ ਹੋ ਗਿਆ ਜਾਂ ਹੋਰ ਐਨ ਟੀ ਐਫ ਐਸ ਹੋ ਗਿਆ ਜਾਂ ਐਲ ਐਮ ਐਫਸ ਹੋ ਗਿਆ ਇਹ ਸਾਰੇ ਸਾਰੇ ਕੀ ਹੈ ਫਾਈਲ ਸਿਸਟਮ ਹੁੰਦੇ ਨੇ ਸਾਰੇ ਸਾਰੇ ਕੀ ਹੁੰਦੇ ਨੇ ਫਾਈਲ ਸਿਸਟਮ ਹੁੰਦੇ ਨੇ ਅਗਰ ਮੈਂ ਗੱਲ ਕਰਾਂ ਵਿੰਡੋ 10 ਦੇ ਵਿੱਚ ਤਾਂ ਵਿੰਡੋ 10 ਦੇ ਵਿੱਚ ਜਿਹੜਾ ਆਪਣੇ ਕੋਲ ਫਾਈਲ ਸਿਸਟਮ ਹੁੰਦਾ ਉਹ ਕਿਹੜਾ ਯੂਜ਼ ਹੁੰਦਾ ਐਨ ਟੀ ਐਫ ਐਸ ਆਪਣੇ ਕੋਲ ਕੀ ਹੈ ਫਾਈਲ ਸਿਸਟਮ ਜਿਹੜਾ ਯੂਜ਼ ਹੁੰਦਾ ਕਿਹੜਾ ਐਨ ਟੀ ਐਫ ਐਸ ਉਨ ਦੇਖੋ ਨੈਕਸਟ ਕੁਐਸ਼ਨ ਆਪਣੇ ਕੋਲ ਕੀ ਆਜੂਗਾ ਕਿ ਐਨਟੀ ਐਫ ਐਸ ਡੀ ਫੁੱਲ ਫਾਰਮ ਕੀ ਹੈ ਉਹ ਵੈਸੇ ਨੈਕਸਟ ਕੁਐਸ਼ਨ ਰੱਖਿਆ ਹੀ ਇਸੇ ਕਰਕੇ ਹੋਇਆ ਉਹ ਨੈਕਸਟ ਕੁਐਸ਼ਨ ਰੱਖਿਆ ਹੀ ਇਸੇ ਕਰਕੇ ਹੋਇਆ ਲੇਕਿਨ ਇਹਦੇ ਵਿੱਚ ਮੈਂ ਤੁਹਾਡੇ ਨੂੰ ਇੱਕ ਚੀਜ਼ ਐਡ ਕਰਾਂਗਾ ਅਗਰ ਮੈਂ ਗੱਲ ਕਰ ਰਿਹਾ ਐਨਟੀ ਐਫ ਐਸ ਡੀ ਤਾਂ ਐਨਟੀ ਐਫ ਐਸ ਮਾਰਕੀਟ ਦੇ ਵਿੱਚ ਕਦੋਂ ਰਿਲੀਜ਼ ਹੋਇਆ ਸੀ ਇਹ ਜਿਹੜਾ ਫਾਈਲ ਸਿਸਟਮ ਹੈ ਆਪਣੇ ਕੋਲ ਐਫ ਐਸ ਲਾਸਟ ਦੇ ਵਿੱਚ ਤਾਂ ਫਾਈਲ ਸਿਸਟਮ ਹੀ ਆ ਗਿਆ ਨਾ ਉਹ ਜਿਹੜਾ ਫਾਈਲ ਸਿਸਟਮ ਹੈ ਮਾਰਕੀਟ ਦੇ ਵਿੱਚ ਕਦੋਂ ਰਿਲੀਜ਼ ਹੋਇਆ ਸੀ ਤਾਂ ਮੇਕਲ ਕੀ ਆਜੂਗਾ 1993 ਦੇ ਵਿੱਚ ਕਦੋਂ 1993 ਦੇ ਵਿੱਚ ਜਿਹੜਾ ਫਾਈਲ ਸਿਸ ਫਾਈਲ ਸਿਸਟਮ ਹੈ ਮਾਰਕੀਟ ਦੇ ਵਿੱਚ ਰਿਲੀਜ਼ ਕੀਤਾ ਗਿਆ ਸੀ ਕਿਹੜੀ ਕੰਪਨੀ ਦੇ ਦੁਆਰਾ ਕੀਤਾ ਗਿਆ ਸੀ ਇਹ ਕੁਐਸਚਨ ਵੀ ਆਪਣਾ ਨੈਕਸਟ ਕੁਐਸਚਨ ਦੇ ਵਿੱਚ ਕਵਰ ਹੋ ਜੂਗਾ ਦੇਖੋ ਐਨਟੀ ਐਫ ਐਸ ਸਟੈਂਡ ਫੋਰ ਐਂਡ ਇਟ ਵਾਸ ਡਿਵੈਲਪਡ ਬਾਈ ਦੇਖੋ ਦੋਨੋਂ ਹੀ ਚੀਜ਼ਾਂ ਸੀਗੀਆਂ ਜਿਹੜੇ ਆਪਣੇ ਕੁਐਸਚਨ ਬੰਦੇ ਸੀ ਉਹ ਦੋਨੋਂ ਹੀ ਆਪਣੇ ਕੋਲ ਕੀ ਆ ਗਏ ਕਿ ਅਗਰ ਮੈਂ ਐਨਟੀਐਫਐਸ ਦੀ ਗੱਲ ਕਰਾਂ ਤਾਂ ਉਹ ਕੀ ਚੀਜ਼ ਹੈ ਫੁੱਲ ਫਾਰਮ ਕੀ ਹੈ ਤੇ ਕੀ ਦੇ ਦੁਆਰਾ ਡਿਵੈਲਪ ਕੀਤਾ ਗਿਆ ਸੀ ਤੇ ਅਗਰ ਮੈਂ ਪੁੱਛਾਂ ਕਦੋਂ ਡਿਵੈਲਪ ਹੋਇਆ ਸੀ ਤਾਂ ਆਪਣੇ ਕੋਲ ਕੀ ਆ ਜਾਊਗਾ 1993 ਜੋ ਆਪਾਂ ਹੁਣੀ ਪੜਿਆ ਹੈ ਉਦੋਂ ਇਹ ਉਸ ਸਾਲ ਡਿਵੈਲਪ ਕੀਤਾ ਗਿਆ ਸੀ ਐਨਟੀਐਫਐਸ ਦੀ ਗੱਲ ਕਰੇ ਤਾਂ ਆਪਣੇ ਕੋਲ ਕੀ ਆਉਂਦਾ ਨਿਊ ਟੈਕਨੋਲੋਜੀ ਫਾਈਲ ਸਿਸਟਮ ਕਦੋਂ 1993 ਦੇ ਵਿੱਚ ਨਿਊ ਟੈਕਨੋਲੋਜੀ ਫਾਈਲ ਸਿਸਟਮ ਇਹਦਾ ਫੁੱਲ ਫਾਰਮ ਹੈ ਤੇ ਇਹ ਕਿਹੜੀ ਕੰਪਨੀ ਦੇ ਦੁਆਰਾ ਬਣਾਇਆ ਗਿਆ ਸੀ ਮਾਈਕਰੋਸਾਫਟ ਦੇ ਦੁਆਰਾ ਇਹਨੂੰ ਬਣਾਇਆ ਗਿਆ ਸੀ ਬਸ ਜਿੱਥੇ ਮਾਈਕਰੋਸਾਫਟ ਦਿਖ ਰਿਹਾ ਹੈ ਉਹਲੀ ਚੀਜ਼ ਤੇ ਮੈਂ ਕੀ ਕਹਤਾ கரੈਕਟ ਆਨਸਰ ਲੱਗਤਾ ਨਿਊ ਟੈਕਨੋਲੋਜੀ ਫਾਈਲ ਸਿਸਟਮ ਮਾਈਕਰੋਸਾਫਟ ਦੇ ਦੁਆਰਾ 1993 ਦੇ ਵਿੱਚ ਬਣਾਇਆ ਗਿਆ ਸੀ ਵਟ ਇਜ਼ ਉਬੰਤੂ ਉਬੰਤੂ ਕੀ ਚੀਜ਼ ਹੈ ਬਹੁਤ ਹੀ ਆਪਣੇ ਕੋਲ ਐਦਾ ਕਹਿ ਲਓ ਕਿ ਆਫਟਰ ਲਿਨਕਸ ਅਗਰ ਮੈਂ ਗੱਲ ਕਰਾਂ ਮੇਕ ਤੋ ਨੈਕਸਟ ਜਿਹੜੀ ਪੁੱਛੀ ਆ ਸਕਦੀ ਹੈ ਉਬੰਟੂ ਬਾਰੇ ਪੁੱਛੀ ਜਾ ਸਕਦੀ ਹੈ ਅੱਜ ਤੱਕ ਅਗਰ ਦੇਖਿਆ ਜਾਵੇ ਲਿਨਕਸ ਦੇ ਉੱਤੇ ਹਮੇਸ਼ਾ ਕਿਤਨਾ ਕਿਤੇ ਜਾਂ ਆਪਸ਼ਨ ਦੇ ਵਿੱਚ ਦਿਖ ਜਾਂਦਾ ਜਾਂ ਕੁਐਸਚਨ ਬਣਿਆ ਹੋਇਆ ਦਿਖ ਜਾਂਦਾ ਆਪਣੇ ਐਗਜ਼ਾਮ ਟਾਈਮ ਦੇ ਵਿੱਚ ਬਟ ਵਾਟ ਇਜ਼ ਉਬੰਟੂ ਉਬੰਟੂ ਕੀ ਹੈ ਉਬੰਟੂ ਦੀ ਗੱਲ ਕਰੀਏ ਉਬੰਟੂ ਵੀ ਲਿਨਕਸ ਵਰਗਾ ਹੀ ਹੈ ਮਤਲਬ ਉਬੰਟੂ ਕੀ ਆਪਣੇ ਕੋਲ ਇੱਕ ኦਪਰੇਟਿੰਗ ਸਿਸਟਮ ਹੈ ਲਿਨਕਸ ਕੀ ਸੀਗਾ ਓਪਨ ਸੋਰਸ ਹੈ ਉਬੰਟੂ ਕੀ ਹੈ ये भी ओपन सोर्स है ओपन सोर्स का मतलब की है ये फ्री है होर की मतलब कि यदरा कि सोर्स कोड भी अपने कोल की होगा अवेलेबल होगा यहाँ सोर्स कोड भी अपने को होगा अवेलेबल होगा लेकिन युवंटू बारे अगर आपक्सट चीज की गल करिए अपने कोई इंटरस्टिंग चीज़ निकल के आऊंगी वो की आएगी कि युवंटू कदों बनया साल बनया से मेरे को आजगा टू थाउजेंड फोर कदों टू थाउजेंड फोर जो युवंटू से बनाया गया ਹੋਰ ਇਹਦੇ ਵਾਦੇ ਅਗਰ ਦੇਖਿਆ ਜਾਵੇ ਆਪਣੇ ਕੋਲ ਹੋਰ ਐ ਜੀ ਕਿਹੜੀ ਚੀਜ਼ ਆ ਜੂਗੀ ਜੋ ਇਹਦੇ ਵਿੱਚ ਆਪਾਂ ਐਡ ਕਰ ਸਕਦੇ ਹਾਂ ਤਾਂ ਆਪਣੇ ਕੋਲ ਇਹ ਆ ਸਕਦਾ ਹੈ ਕਿਹੜੀ ਕੰਪਨੀ ਦੇ ਦੁਆਰਾ ਬਣਾਇਆ ਗਿਆ ਸੀ ਠੀਕ ਹੈ ਅਗਰ ਆਪਾਂ ਗੱਲ ਕਰੀਏ ਤਾਂ ਆਪਣੇ ਕੋਲ ਕੀ ਆ ਜੂਗਾ ਜਿਵੇਂ ਕਿ ਦੱਸੇ ਸੀ ਕਿ ਬ੍ਰਿਟਿਸ਼ ਕੰਪਨੀ ਨੇ ਦੁਆਰਾ ਬਣਾਇਆ ਗਿਆ ਸੀ ਜਿਹਦਾ ਆਪਣੇ ਕੋਲ ਨਾਮ ਕੀ ਸੀ ਕੈਨੋਨਿਸਲ ਠੀਕ ਹੈ ਸੀਏ NOANICL ਇੱਕ ਬ੍ਰਿਟਿਸ਼ ਕੰਪਨੀ ਹੈ ਜਿਹਦੇ ਦੁਆਰਾ ਯੂਬੰਟੂ ਬਣਾਇਆ ਗਿਆ ਸੀ ਜੋ ਕਿ ਮੋਸਟ ਮੋਸਟਲੀ ਅਦਾ ਕਹੋ ਜਾਂ ਸਿਮਿਲਰ ਕਹ ਲੈ ਅਦਾ ਕਹੋ ਕਿ ਕਿਦੇ ਹੈ ਲਿਨਕਸ ਦੇ ਹੀ ਸਿਮਿਲਰ ਹੈ ਫੋਰ ਏਗਜ਼ਾਮਪਲ ਅਗਰ ਮੈਂ ਗੱਲ ਕਰਾ ਕੋਈ ਦੋ ਮੋਬਾਈਲ ਨੂੰ ਚੱਕ ਲਾਂ ਜਿਵੇਂ ਕਿ ਅਗਰ ਮੈਂ ਗੱਲ ਕਰਾ ਇੱਕ ਮੈਂ ਚੱਕ ਲਿਆ Oppo ਦਾ ਮੋਬਾਈਲ ਫੋਨ ਚੱਕ ਲਿਆ ਇੱਕ ਮੈਂ ਚੱਕ ਲਿਆ Redmi ਦਾ ਮੋਬਾਈਲ ਫੋਨ ਚੱਕ ਲਿਆ ਉਹ ਦੋਨਾਂ ਮੋਬਾਈਲ ਦੇ ਵਿੱਚ ਐਟ ਦੀ ਐਂਡ ਹੈ ਕਿ एंड्रॉयड ही तो चल रहे हैं ना लेकिन दोनों ने एंड्रॉयड अपने अपने वर्जन हल्की फुल्की ट्वीक करके दिता हुआ उदा ही अपने को ये भी लाइनएक्स ही आ जाता है, है? जिन्हें भी अपने को लाइनैक्स तो बाद मॉडल आए ने ਸਾਧਿਆਂ ਦੇ ਅਲੱਗ-ਅਲੱਗ ਨਾਮ ਆਏ ਨੇ ਠੀਕ ਹੈ ਤੁਹਾਨੂੰ ਇੱਕ ਰੈੱਡ ਹੈਟ ਵੀ ਦੇਖਣ ਨੂੰ ਮਿਲੂਗਾ ਹੋਰ ਵੀ ਬਥੇਰੇ ਨਾਮ ਨੇ ਠੀਕ ਹੈ ਉਹ ਸਾਰੇ ਦੇ ਸਾਰੇ ਦੇਖਣ ਨੂੰ ਮਿਲਗੇ ਉਹ ਸਾਰੇ ਨੂੰ ਅਗਰ ਕੰਬਾਈਨ ਕਰ ਦਿੱਤਾ ਲਾਈਨੈਕਸ ਹੀ ਬੋਲੇਂਦਾ ਲੇਕਿਨ ਕੰਪਨੀ ਦਾ ਨਾਮ ਠੀਕ ਹੈ ਸੋਰਸ ਦਾ ਨਾਮ ਉਹ ਸਾਰੇ ਨਾਲ ਅਲੱਗ-ਅਲੱਗ ਹੈ ਠੀਕ ਹੈ ਜਿਵੇਂ ਲਾਈਨੈਕਸ ਹੋ ਗਿਆ ਉਬੰਟੂ ਹੋ ਗਿਆ ਰੈੱਡ ਹੈਟ ਹੋ ਗਿਆ ਇਹ ਸਾਰੇ ਮਤਲਬ ਹੋਰ ਵੀ ਬਥੇਰੇ ਨੇ ਜੋ ਆਪਣੇ ਕੋਲ ਕਿਦੇ ਵਿੱਚ ਆ ਜਾਂਦੇ ਆ ਮਤਲਬ ਓਪਨ ਸੋਰਸ ਇਹਨਾਂ ਨੂੰ ਕਿਹਾ ਜਾਂਦਾ ਹੈ ਤਾਂ ਉਬੰਟੂ ਦੀ ਗੱਲ ਕਰੀਏ ਤਾਂ ਆਪਣੇ ਕੋਲ ਕੀ ਆਇਏ ਕਹੇ ਓਪਰੇਟਿੰਗ ਸਿਸਟਮ ਹੈ ਹਾਂਜੀ ਅ ਮੈਕ অপারেটিং ਸਿਸਟਮ ਇਜ਼ ਡਿਵੈਲਪਡ ਬਾਏ ਵਿਚ ਕੰਪਨੀ ਅਗਰ ਆਪਾਂ ਮੈਕ ਦੀ ਗੱਲ ਕਰੀਏ ਠੀਕ ਹੈ ਜੋ ਆਪਣੇ ਨਾਮ ਤੋਂ ਹੀ ਪਤਾ ਚੱਲ ਰਿਹਾ ਕਿ ਕਿਹੜੀ ਕੰਪਨੀ ਦੁਆਰਾ ਬਣਾਇਆ ਜਾ ਸਕਦਾ ਤਾਂ ਆਪਣੇ ਕੋਲ ਕੀ ਆਊਗਾ ਕਿ ਰਾਈਟ ਆਨਸਰ ਕੀ ਆ ਜਾਊਗਾ ਐਪਲ ਕਿਹਦੇ ਦੁਆਰਾ ਬਣਾਇਆ ਗਿਆ ਸੀ ਐਪਲ ਦੇ ਦੁਆਰਾ ਮੈਕ ਨੂੰ ਬਣਾਇਆ ਗਿਆ ਸੀ ਜੋ ਆਪਣੇ ਕੋਲ ਇੱਕ অপারেটিং ਸਿਸਟਮ ਹੈ ਮੈਕ ਦੀ ਗੱਲ ਕਰੀ ਤਾਂ ਮਾਰਕੀਟ ਦੇ ਵਿੱਚ ਕਦੋਂ ਆਇਆ ਸੀ 1984 ਦੇ ਵਿੱਚ ਕਰੋ 1984 ਦੇ ਵਿੱਚ ਜਿਹੜਾ ਮੈਕ ਦਾ ኦਪਰੇਟਿੰਗ ਸਿਸਟਮ ਹੈ ਸੋਰੀ Apple ਦੁਆਰਾ ਜਿਹੜਾ ਇਹ ኦਪਰੇਟਿੰਗ ਸਿਸਟਮ ਹੈ ਇਹਨੂੰ 1984 ਦੇ ਵਿੱਚ ਇੰਟਰੋਡਿਊਸ ਕਰ ਦਿੱਤਾ ਗਿਆ ਸੀ ਲੇਕਿਨ ਅਗਰ ਮੈਂ ਗੱਲ ਕਰਾਂ ਕਿ ਮੈਕ ਦਾ ਜਿਹੜਾ ਆਪਣੇ ਕੋਲ ਅਗਰ ਫਰਸਟ ਵਰਜ਼ਨ ਦੀ ਗੱਲ ਕਰਾਂ ਤਾਂ ਫਰਸਟ ਵਰਜ਼ਨ ਮੈਕ ਦਾ ਕਦੋਂ ਆਇਆ ਸੀ ði first version of mac was ever developed or was developed in the year 2001 ਕਦੋਂ 2001 ਦੇ ਵਿੱਚ ਜਿਹੜਾ ਸਭ ਤੋਂ ਪਹਿਲਾ ਵਰਜ਼ਨ ਸੀ ਉਹ ਡੈਸਕਟਾਪ ਵਰਜ਼ਨ ਦੇ ਰੂਪ ਦੇ ਵਿੱਚ ਆਪਣੇ ਸਾਹਮਣੇ ਵਿੱਚ ਆਇਆ ਸੀ ਜਿਹਦਾ ਨਾਮ ਕੀ ਸੀ ਮੈਕਸ ਮੈਕਓਐਕਸ ਐਕਸ ਠੀਕ ਹੈ ਜੋ ਮਤਲਬ ਆਪਣੇ ਕੋਲ ਐਦਾ ਕਹਿ ਲਓ ਕਿ ਫਰਸਟ ਵਰਜ਼ਨ ਦੇ ਰੂਪ ਦੇ ਵਿੱਚ ਆਇਆ ਸੀ ਉਸ ਤੋਂ ਬਾਅਦ ਇਹਦੇ ਕਾਫੀ ਜ਼ਿਆਦੇ ਹੋਰ ਵਰਜ਼ਨ ਆ ਗਏ ਨੇ ਹੁਣ ਤਾਂ ਲੇਟੈਸਟ ਵੀ ਕਾਫੀ ਜ਼ਿਆਦਾ ਨੇ ਨੈਕਸ ਵਿਚ ਆਫ ਦੀ ਫੋਲੋਇੰਗ ਇਸ ਐਨ ਓਪਨ ਸੋਰਸ ਆਪਰੇਟਿੰਗ ਸਿਸਟਮ ਹਾਂਜੀ ਇਹਨਾਂ ਵਿੱਚੋਂ ਅਗਰ ਆਪਾਂ ਗੱਲ ਕਰੀਏ ਤਾਂ ਓਪਨ ਸੋਰਸ ਆਪਰੇਟਿੰਗ ਸਿਸਟਮ ਕੀ ਹੈ ਜੋ ਫ੍ਰੀ ਹੈ ਜਿਹਦਾ ਸੋਰਸ ਕੋਡ ਅਵੇਲੇਬਲ ਹੈ ਜਿਹਦੇ ਵਿੱਚ ਆਪਾਂ ਪੈਸੇ ਦੇਣ ਦੀ ਲੋੜ ਨਹੀਂ ਹੈ ਠੀਕ ਹੈ ਉਹ ਸਾਰੀਆਂ ਸਾਰੀਆਂ ਚੀਜ਼ਾਂ ਆ ਗਈਆਂ ਵਿੰਡੋ 10 ਦੀ ਗੱਲ ਕਰੀਏ ਤਾਂ ਆਪਣੇ ਕੋਲ ਕੀ ਆ ਜਾਊਗਾ ਪੇਡ ਆ ਜਾਊਗਾ ਆਈਓਐਸ ਦੀ ਗੱਲ ਕਰੀਏ ਇਹ ਵੀ ਆਪਣੇ ਕੋਲ ਕੀ ਆ ਗਿਆ ਪੇਡ ਆ ਗਿਆ ਐਂਡਰੋਇਡ ਦੀ ਗੱਲ ਕਰੀਏ ਤਾਂ ਇਹ ਆਪਣੇ ਕੋਲ ਫ੍ਰੀ ਹੈ ਵਿੰਡੋ ਵਿਸਟਾ ਅਗੇਨ ਵਿੰਡੋ ਸੀ ਹੈ ਮਤਲਬ ਇਹ ਵੀ ਕੀ ਆਪਣੇ ਕੋਲ ਪੇਡ ਹੈ ਦੈਨ ਰਾਈਟ ਆਨਸਰ ਇਜ਼ ਐਂਡਰੋਇਡ ਐਂਡਰੋਇਡ ਬਿਲਕੁਲ ਫ੍ਰੀ ਹੈ ਉਹਦਾ ਸੋਰਸ ਕੋਡ ਵੀ ਆਪਣੇ ਕੋਲ available ਹੈ Android market ਦੇ ਵਿੱਚ ਕਰੋ ਆਇਆ ਸੀ ਆਪਾਂ ਇਹਦੇ ਬਾਰੇ ਵੀ ਡਿਸਕਸ ਕੀਤਾ ਸੀ ਪਿਛਲੇ ਕੁਝ ਕਲਾਸਿਸ ਦੇ ਵਿੱਚ ਜਿਹਦੇ ਵਿੱਚ ਆਪਾਂ ਟੋਟਲ ਅਲੱਗ-ਲੱਗ Android ਦੇ ਕੁਝ ਵਰਜਨਸ ਬਾਰੇ ਡਿਸਕਸ ਕੀਤਾ ਸੀ ਆਪਾਂ ਇਹ ਵੀ ਦੇਖਿਆ ਸੀ ਇਸ ਵਕਤ ਹੀ ਕਰੰਟ ਦਾ ਕਰੰਟ Android ਵਰਜਨ ਕਿਹੜਾ ਚੱਲ ਰਿਹਾ ਤਾਂ ਆਪਣੇ ਕੋਲ ਕਿਹੜਾ ਸੀ 14th ਵਰਜਨ ਆ ਉਹਦਾ ਨਾਮ ਕੀ ਸੀ ਕੀ ਨਾਮ ਸੀ ਡਾਉਨਸਾਈਡ ਕੇਕ ਇਹ ਸੀਗਾ ਠੀਕ ਹੈ ਇਹ ਜੀ ਮਤਲਬ ਕੁਝ ਵਰਜਨ ਸੀਗੇ ਜੋ ਲੀਪੋ ਜੋ लॉलीपॉप, टीका, किट कैट, टीटीका, अ जेलीबीम ये सारे मतलब अलग-अलग वर्जन सिगे जो एंड्रॉइड ਦੇ ਨੇ। ਲੇਕਿਨ ਕਦੋਂ ਆਇਆ ਸੀ? 2007 ਦੇ ਵਿੱਚ ਬਣ ਚੁੱਕਿਆ ਸੀ ਜੋ ਬੈਟਾ ਵਰਜ਼ਨ ਸੀਗਾ ਜਿਹੜਾ ਸੀ ਉਹ ਡਿਵੈਲਪਰ ਲਈ ਸੀ ਤੇ ਐਂਡਰੋਇਡ ਕਦੋਂ ਆ ਗਿਆ ਸੀ? 2008 ਦੇ ਵਿੱਚ ਆ ਗਿਆ ਸੀ। 2008 ਦੇ ਵਿੱਚ ਆਇਆ ਸੀ ਲੇਕਿਨ ਸਭ ਤੋਂ ਪਹਿਲਾਂ ਕਿਹੜੀ ਕੰਪਨੀ ਸੀਗੀ? HTC ਦੀ ਮੋਬਾਈਲ ਕੰਪਨੀ ਸੀ ਜਿਹਦੇ ਵਿੱਚ ਇੱਕ ਮੋਬਾਈਲ ਸੀ ਜਿਹਦੇ ਵਿੱਚ ਇਹ ਸਭ ਤੋਂ ਪਹਿਲੀ ਵਾਰੀ ਇੰਸਟਾਲ ਕੀਤਾ ਗਿਆ ਸੀ। ਵਿਚ ਆਫ ਦੀ ਫੋਲੋਇੰਗ ਵਿੰਡੋਸ ਡੂ ਨਟ ਹੈਵ ਸਟਾਰਟ ਬਟਨ? ਆ ਵਿੰਡੋਸ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਇੱਕ ਬਹੁਤ ਜ਼ਿਆਦਾ ਰੈਵੋਲੂਸ਼ਨ ਆਈ ਸੀ ਰੈਵੋਲੂਸ਼ਨ ਇਸ ਤਰੀਕੇ ਨਾਲ ਆਈ ਸੀ ਕਿ ਪਰਟੀਕੂਲਰ ਚੇਂजेस ਲੈ ਕੇ ਆਈ ਸੀ ਇਹ ਮਤਲਬ ਵਿੰਡੋਸ ਬਟਨ ਨਹੀਂ ਸੀਗਾ ਕਿ ਵਿੰਡੋ ਬਟਨ ਹੀ ਨਹੀਂ ਇਹਨਾਂ ਨੇ ਰੱਖਿਆ ਸੀਗਾ ਜੋ ਪਹਿਲਾਂ ਦੇਖਣ ਨੂੰ ਮਿਲਦਾ ਹੁੰਦਾ ਸੀ ਠੀਕ ਹੈ ਉਹ ਇਹਨਾਂ ਨੇ ਬਟਨ ਨਹੀਂ ਰੱਖਿਆ ਉਹ ਚੇਂजेस ਇਸ ਤਰੀਕੇ ਨਾਲ ਸੀ ਕਿ ਉਹਨੂੰ ਥੋੜਾ ਇਦਾਂ ਕਹਿ ਲੋ ਕਿ ਨੈਗੇਟਿਵ ਵੇ ਨਾਲ ਵੀ ਲੀਤਾ ਗਿਆ ਤੇ ਪੋਜ਼ਿਟਿਵ ਵੇ ਨਾਲ ਵੀ ਲੀਤਾ ਗਿਆ ਉਹ ਬਟਨ ਨੂੰ ਠੀਕ ਹੈ ਤਾਂ ਉਸ ਵਿੰਡੋਸ ਤੋਂ ਬਾਅਦ ਉਹਨਾਂ ਨੇ ਦੁਬਾਰੇ ਮਤਲਬ ਵਿੰਡੋ ਜਿਹੜੀ ਇੰਟਰੋਡਿਊਸ ਕੀਤੀ ਸੀ ਉਹਦੇ ਵਿੱਚ ਅਗੇਨ ਵਿੰਡੋ ਬਟਨ ਨੂੰ ਇਨਕਲੂਡ ਕਰ ਦਿੱਤਾ ਸੀ ਜਾਂ ਸਟਾਰਟ ਬਟਨ ਨੂੰ ਇਨਕਲੂਡ ਕਰ ਦਿੱਤਾ ਸੀ ਉਹਦੇ ਵਿੱਚ ਉਹਨੂੰ ਨੂੰ ਹਲਕਾ ਡਾਊਨ ਬੈਕ ਫੀਲ ਹੋਇਆ ਸੀ ਕਿਉਂਕਿ ਇੱਕੋ ਦਮ ਜੋ ਯੂਜ਼ਰ ਕਾਫੀ ਸਾਲੇ ਕਾਫੀ ਸਾਰੇ ਸਾਲਾਂ ਤੋਂ ਸੇਮ ਇੰਟਰਫੇਸ ਨੂੰ ਫੋਲੋ ਕਰ ਰਿਹਾ ਆਪਾਂ ਇੰਟਰਫੇਸ ਦੇ ਵਿੱਚ ਹਲਕੀ ਜਿਹੀ ਚੇਂਜਸ ਕਰ ਦਈਏ ਤਾਂ ਜਿਹੜੇ ਯੂਜ਼ਰਸ ਨੇ ਉਹ ਸਟਾਰਟਿੰਗ ਦੇ ਵਿੱਚ ਕਿਸੇ ਵੀ ਚੇਂਜ ਨੂੰ ਅਕਸੈਪਟ ਨਹੀਂ ਕਰਦੇ ਹਣਾ ਜਿਹੜੀ ਵੀ ਕੋਡਮ ਸਡਨ ਚੇਂਜ ਹੋਈ ਹੁੰਦੀ ਹੈ ਥੋੜੀ ਡਿਫਿਕਲਟੀ ਆਂਦੀ ਹੈ ਉਹਨੂੰ ਅੰਡਰਸਟੈਂਡ ਕਰਨੀ ਉਹਨੂੰ ਸਮਝਣ ਨਹੀਂ ਉਹਨੂੰ ਚਲਾਉਣ ਦੇ ਵਿੱਚ ਉਹ ਥੋੜਾ ਫੀਲ ਹੋਇਆ ਸੀ ਲੇਕਿਨ ਅਗਰ ਮੈਂ ਉਸੇ ਟਾਈਮ ਦੀ ਗੱਲ ਕਰਾਂ ਤਾਂ ਜਿਹੜੀ ਵਿੰਡੋ ਏ ਸੀ ਉਹ ਆਪਣੇ ਕੋਲ ਕੀ ਸੀ ਅਗੇਨ ਜੀ ਯੂ ਆਈ ਦੇ ਫਾਰਮ ਦੇ ਵਿੱਚ ਆਈ ਸੀ ਜਿਹਦੇ ਵਿੱਚ ਆਪਣੇ ਕੋਲ ਸਟਾਰਟ ਬਟਨ ਨਹੀਂ ਸੀ ਇਨ ਵਿੰਡੋਸ ਸਟਾਰਟ ਬਟਨ ਇਸ ਯੂਜ਼ ਟੂ ਵਿੰਡੋਸ ਦੇ ਵਿੱਚ ਜਿਹੜਾ ਸਟਾਰਟ ਬਟਨ ਆ ਉਹ ਕਿਉਂ ਯੂਜ਼ ਕੀਤਾ ਜਾਂਦਾ ਸੀ ਤਾਂ ਕਿ ਵੀ ਜਿੰਨੀਆਂ ਵੀ ਚੀਜ਼ਾਂ ਆਪਣੇ ਕੋਲ ਅਵੇਲੇਬਲ ਨੇ ਤੁਹਾਡੇ ઓਪਰੇਟਿੰਗ ਸਿਸਟਮ ਦੇ ਵਿੱਚ ਐਜ਼ ਅ ਫਾਰਮ ਆਫ ਐਪਲੀਕੇਸ਼ਨ ਤੁਸੀਂ ਉਹਨੂੰ ਰਨ ਕਰ ਸਕਦੇ ਹੋ ਕੋਈ ਟੂਡੇ ਸਿਸਟਮ ਨੂੰ ਤੁਸੀਂ ਨਹੀਂ ਯੂਜ਼ ਕਰਨਾ ਬੰਦ ਕਰਨਾ ਉਹ ਕਰ ਸਕਦੇ ਹੋ ਸਿਸਟਮ ਦੇ ਵਿੱਚ ਤੁਸੀਂ ਚੇਂजेस ਲੈ ਕੇ ਆਉਣੀ ਆ ਉਹ ਕਰ ਸਕਦੇ ਹੋ ਡਰਾਈਵਰ ਇੰਸਟਾਲ ਕਰ ਸਕਦੇ ਹੋ ਡਰਾਈਵਰ ਦੀ ਸੈਟਿੰਗ ਚੇਂਜ ਕਰ ਸਕਦੇ ਹੋ ਇਹ ਸਾਰੀਆਂ ਦੇ ਸਾਰੀਆਂ ਚੀਜ਼ ਆਪਾਂ ਸਟਾਰਟ ਤੇ ਥਰੂ ਇਹ ਸਾਰੀਆਂ ਅਲੱਗ-ਅਲੱਗ ਚੀਜ਼ਾਂ ਨੂੰ ਆਪਾਂ ਐਕਸੈਸ ਕਰ ਸਕਦੇ ਸੀ ਠੀਕ ਹੈ ਰਨ ਐਪਲੀਕੇਸ਼ਨ ਡਿਵਾਈਸ ਸੈਟਿੰਗ ਟਰਨ ਆਫ ਸਿਸਟਮ ਤਾਂ ਇਹ ਸਾਰਾ ਕੀ ਆ ਜਾਂਦਾ ਉਹਦੇ ਵਿੱਚ ਹੀ ਆ ਜਾਂਦਾ ਹੈ ਮਾਈ ਕੰਪਿਊਟਰ ਵਾਸ ਇੰਟਰੋਡਿਊਸ ਫਰੋਮ ਦੇਖੋ ਮਾਈ ਕੰਪਿਊਟਰ ਦੀ ਗੱਲ ਕਰੀ ਤਾਂ ਮਾਈ ਕੰਪਿਊਟਰ ਕਰੋ ਤੋਂ ਇੰਟਰੋਡਿਊਸ ਹੋਣਾ ਸ਼ੁਰੂ ਹੋ ਗਿਆ ਅੱਜ ਕੱਲ ਦੀ ਗੱਲ ਕਰੀਏ ਜਿੱਥੇ ਵਿੰਡੋ 10 ਵਿੰਡੋ 11 ਉੱਥੇ ਆਪਣੇ ਕੋਲ ਕੀ ਲਿਖਿਆ ਹੁੰਦਾ ਮਾਈ ਪੀਸੀ ਲਿਖਿਆ ਹੁੰਦਾ ਉਸ ਤੋਂ ਪਹਿਲਾਂ ਮਾਈ ਕੰਪਿਊਟਰ ਹੀ ਲਿਖਿਆ ਹੁੰਦਾ ਸੀ ਠੀਕ ਹੈ ਮਾਈ ਕੰਪਿਊਟਰ ਦੀ ਗੱਲ ਕਰੇ ਤਾਂ ਮਾਈ ਕੰਪਿਊਟਰ ਕਿਹੜੇ ਸਾਲ ਦੇ ਵਿੱਚ ਇਹ ਜਾ ਹੋ ਗਿਆ ਸੀਗਾ ਵੀ ਵਿੰਡੋਸ ਦੇ ਵਿੱਚ ਇਹ ਚੀਜ਼ ਆਣੀ ਸ਼ੁਰੂ ਹੋ ਗਈ ਸੀ ਜਾਂ ਕਿਹੜੀ ਵਿੰਡੋ ਸੀ ਦੇਖੋ ਅਗਰ ਇਅਰ ਪਤਾ ਹੈ ਤਾਂ ਵਿੰਡੋਸ ਵੀ ਤੁਹਾਨੂੰ ਪਤਾ ਹੀ ਚੱਲ ਜੂਗੀ ਆਪਣੇ ਕੋਲ ਕੀ ਆ ਜੂਗੀ ਵਿੰਡੋਸ 95 ਮਤਲਬ 1995 ਦੇ ਵਿੱਚ ਪਹਿਲੀ ਵਾਰੀ ਮਾਈ ਕੰਪਿਊਟਰ ਇਹ ਜਾ ਮਤਲਬ ਚੀਜ਼ ਆਪਣੇ ਕੋਲ ਆਣ ਲੱਗ ਗਈ ਸੀ ਠੀਕ ਹੈ ਜਿਹਦੇ ਵਿੱਚ ਆਪਾਂ ਡਾਇਰੈਕਟ ਆਪਣੇ ਹਾਰਡ ਡਿਸਕ ਨੂੰ ਆਪਾਂ ਐਕਸੈਸ ਕਰ ਸਕਦੇ ਸੀ ਆਪਣੀ ਚੀਜ਼ਾਂ ਨੂੰ ਦੇਖ ਸਕਦੇ ਸੀ dash run on computer hardware and serves as platform for other system to run ਕਹਿੰਦਾ ਜਿਹੜਾ ਬਾਕੀ ਸਿਸਟਮਸ ਨੇ ਉਹਨਾਂ ਨੂੰ ਰਨ ਕਰਨ ਲਈ ਇੱਕ ਪਲੇਟਫਾਰਮ ਮਿਲ ਜਾਂਦਾ ਇੱਕ ਪਲੇਟਫਾਰਮ ਮਿਲ ਜਾਂਦਾ ਜਿਹਦੇ ਨਾਲ ਆਪਾਂ ਹਾਰਡਵੇਅਰ ਹੋ ਗਿਆ ਠੀਕ ਹੈ ਜਾਂ ਹਾਰਡਵੇਅਰ ਦੇ ਰਿਲੇਟਡ ਜੋ ਵੀ ਆਪਣੇ ਕੋਲ ਚੀਜ਼ਾਂ ਪਈਆਂ ਜੋ ਜਿਨ੍ਹਾਂ ਨੂੰ ਆਪਾਂ ਐਕਸੈਸ ਕਰਨਾ ਵਧੀਆ ਤਰੀਕੇ ਨਾਲ ਜਿਨ੍ਹਾਂ ਤੋਂ ਆਪਾਂ ਸਰਵਿਸ ਲੈਣੀ ਆ ਜਿਵੇਂ ਸਰਵਰ ਲਿਖਿਆ ਹੋਇਆ ਤਾਂ ਉਹਰੇ ਲਈ ਆਪਾਂ ਕੀ ਚੀਜ਼ ਯੂਜ਼ ਕਰਦੇ ਹਾਂ ਜੋ ਵੀ ਆਪਣੇ ਹਾਰਡਵੇਅਰ ਨੇ ਹਾਰਡਵੇਅਰ ਨੂੰ ਆਪਾਂ ਪ੍ਰੋਪਰ ਤਰੀਕੇ ਨਾਲ ਮੈਨੇਜ ਐਂਡ ਕੰਟਰੋਲ ਕਰਨੀ ਆ ਆਪਾਂ ਕਿਸ ਚੀਜ਼ ਦਾ ਯੂਜ਼ ਕਰਦੇ ਆ অপারেটিং ਸਿਸਟਮ ਦਾ ਆਪਾਂ ਯੂਜ਼ ਕਰਦੇ ਆ ਕਿਹਦਾ ਯੂਜ਼ ਕਰਦੇ ਆ ਆਪਾਂ অপারেটিং ਸਿਸਟਮ ਦਾ ਯੂਜ਼ ਕਰਦੇ ਆ ਦੇਖੋ ਕੁਸ਼ਿਨ ਜਿਵੇਂ ਤੁਹਾਨੂੰ ਦਿਖ ਰਿਹਾ ਕੁਮਾਫ ਦਾ ਕਿ ਉੱਥੇ ਆ ਜਾਂਦੇ ਆ ਚੀਜ਼ਾਂ ਸਾਰੀਆਂ ਉਹੀ ਨੇ ਲੇਕਿਨ ਕਿਵੇਂ ਇੱਕ ਕੁਸ਼ਿਨ

ਰੀਅਲ ਟਾਈਮ ኦਪਰੇਟਿੰਗ ਸਿਸਟਮ ਦੀ ਗੱਲ ਕਰੀ ਤਾਂ ਐਗਜ਼ਾਮਪਲ ਕੀ ਹੈ ਹੁਣ ਰੀਅਲ ਟਾਈਮ ኦਪਰੇਟਿੰਗ ਸਿਸਟਮ ਮਤਲਬ ਆਪਣੇ ਕੋਲ ਕੀ ਚੀਜ਼ ਆ ਜਾਂਦੀ ਹੈ ਇਹ ਆਪਣੇ ਕੋਲ ਥੋੜਾ ਇੰਟਰਸਟਿੰਗ ਕੁਸ਼ਨ ਹੈ ਅਗਰ ਰੀਅਲ ਟਾਈਮ ኦਪਰੇਟਿੰਗ ਸਿਸਟਮ ਦੀ ਗੱਲ ਕਰੀ ਤਾਂ ਮਿਕਲ ਕੀ ਆਉਂਦੀ ਹੈ ਜਿਵੇਂ ਆਪਣੇ ਮੋਬਾਈਲ ਦੇ ਡਿਵਾਈਸਸ ਦੇ ਵਿੱਚ ਵੈਦਰ ਦੀ ਅਪਡੇਟ ਹੁੰਦੀ ਹੈ ਠੀਕ ਹੈ ਇਕੋਨਮ ਅਪਡੇਟ ਹੁੰਦਾ ਰਹਿੰਦਾ ਉਹ ਕਿ ਆਪਣੇ ਕੋਲ ਰੀਅਲ ਟਾਈਮ ਉਹ ਕਿਵੇਂ ਆਪਣੇ ਕੋਲ ਆ ਰਿਹਾ ਕਿ ਜਿਹੜੀ ਉਹ ਕਨੈਕਟੀਵਿਟੀ ਹੈ ਕਿਸੇ ਇੱਕ ਆਰਗੇਨਾਈਜੇਸ਼ਨ ਕਿਸੇ ਇਸ ਇੰਸਟੀਚੂਨ ਦੇ ਦੁਆਰਾ ਕਨੈਕਟ ਕੀਤੀ ਗਈ ਹੈ ਉਹ ਜਿਹੜੀ ਇੰਸਟੀਚੂਨ ਹੈ ਡੈਕਟ ਸੈਟਲਾਈਟ ਦੇ ਨਾਲ ਲਿੰਕ ਹੈ ਡੈਕਟ ਸੈਟਲਾਈਟ ਤੋਂ ਲਿੰਕ ਮਿਲ ਰਿਹਾ ਜਿਦੇ ਨਾਲ ਆਪਾਂ ਆਪਣੇ ਵਾਈਫਾਈ ਜਾਂ ਆਪਣੇ ਕੋਲ ਮੋਬਾਈਲ ਨੈਟਵਰਕ ਦੇ ਦੁਆਰਾ ਆਪਣੇ ਤੱਕ ਪੂਰੇ ਦਾ ਪੂਰਾ ਰੀਅਲ ਟਾਈਮ ਇਨਫੋਰਮੇਸ਼ਨ ਪਹੁੰਚ ਰਹੀ ਹੈ ਉਹਨੂੰ ਕਿਹਾ ਜਾਂਦਾ ਰੀਅਲ ਟਾਈਮ ਇਨਫੋਰਮੇਸ਼ਨ ਹੁਣ ਇਹਦੇ ਵਿੱਚ ਦੇਖਿਆ ਜਾਵੇ ਜੋ ਆਪਣੇ ਕੋਲ ਚੀਜ਼ਾਂ ਲਿਖੀਆਂ ਨੇ ਲੀਨਕਸ ਹੋ ਗਿਆ MS DOS ਹੋ ਗਿਆ MS ਸੋਰੀ ਵਿੰਡੋਸ XP ਹੋ ਗਿਆ ਇਹ ਸਾਰੇ ਸਾਰੇ ਆਪਣੇ ਕੋਲ ਕੀਨੇ ઓਪਰੇਟਿੰਗ ਸਿਸਟਮ ਨੇ ਬਟ ਹਾਂ ਇਹ ઓਪਰੇਟਿੰਗ ਸਿਸਟਮ ਆਪਣੇ ਕੋਲ ਰੀਅਲ ਟਾਈਮ ਨਹੀਂ ਹੈ ਦੇਖੋ ਜਿਹੜੇ ਰੀਅਲ ਟਾਈਮ ਆਪਰੇਟਿੰਗ ਸਿਸਟਮ ਹੁੰਦੇ ਆ ਜਿਹਨਾਂ ਨੂੰ ਕੀ ਕਹਿੰਦਾ ਆਰ ਟੀ ਓ ਐਸ ਕਿਹਾ ਜਾਂਦਾ ਜੋ ਆਪਾਂ ਨੂੰ ਉਰੇ ਦੱਸ ਹੀ ਰਿਹਾ ਰੀਅਲ ਟਾਈਮ ਆਪਰੇਟਿੰਗ ਸਿਸਟਮ ਠੀਕ ਹੈ ਤਾਂ ਇਹ ਤਿੰਨੋਂ ਹੀ ਆਪਣੇ ਰੀਅਲ ਟਾਈਮ ਆਪਰੇਟਿੰਗ ਸਿਸਟਮ ਨਹੀਂ ਹੈ ਪਿੱਛੇ ਆਪਣੇ ਕੋਲ ਕੀ ਬਚ ਗਿਆ ਪ੍ਰੋਸੈਸ ਕੰਟਰੋਲ ਕੀ ਬਚ ਗਿਆ ਪ੍ਰੋਸੈਸ ਕੰਟਰੋਲ ਹੋਰ ਅਗਰ ਮੈਂ ਗੱਲ ਕਰਾਂ ਤਾਂ ਆਪਣੇ ਕੋਲ ਕੀ ਆਂਦਾ ਫ੍ਰੀ ਆਰ ਟੀ ਓ ਐਸ ਆ ਜਾਂਦਾ ਫ੍ਰੀ ਰੀਅਲ ਟਾਈਮ ਆਪਰੇਟਿੰਗ ਸਿਸਟਮ ਆ ਜਾਂਦਾ ਵੀ ਐਕਸ वर्क आ जाए वी एक्स वर्कस ऑपरेटिंग सिस्टम आ जाता है होर भी मतलब कुछ है जो ऑपरेटिंग सिस्टम है जो अवेलेबल ने जो रियल टाइम ऑपरेटिंग सिस्टम ने जिमेंोसैस कंट्रोल आ गया एक हो होर हाँ एक होर अपने को थ्रैड एक्स थ्रैड एक्स जो अगेन की है रियल टाइम ऑपरेटिंग सिस्टम है ठीक है तो यह सारे सारे अपने को रियल टाइम ऑपरेटिंग सिस्टम आ जाते हैं विच ऑफ फॉलोइंग शट डाउन मैथड इज ऑफन कॉल्ड वॉम बूट ਦੇਖੋ ਹੁਣ ਆਪਣੇ ਕੋਲ ਵਰਡ ਆਇਆ ਵਾਰਮ ਬੂਟ ਅਗਰ ਵਾਰਮ ਬੂਟ ਦੋ ਚੀਜ਼ਾਂ ਨੇ ਇੱਕ ਆਪਣੇ ਕੋਲ ਆ ਜਾਂਦਾ ਵਾਰਮ ਦੂਜਾ ਆਪਣੇ ਕੋਲ ਆ ਜਾਂਦਾ ਕੋਲਡ ਦੋਨੇ ਹੀ ਬੂਟ ਦੇ ਅੰਦਰ ਆ ਜਾਂਦੇ ਦੋਨੇ ਕਿਦੇ ਅੰਦਰ ਆ ਜਾਂਦੇ ਬੂਟ ਦੇ ਅੰਡਰ ਆ ਜਾਂਦੇ ਨੇ ਪਹਿਲਾਂ ਮੈਂ ਇਹ ਸੋਚ ਰਿਹਾ ਸੀ ਵੀ ਪਹਿਲਾਂ ਕੋਲਡ ਥੋੜਾ ਐਕਸਪਲੇਨ ਕਰ ਦਿਆਂ ਲੇਕਿਨ ਫਿਰ ਮੈਨੂੰ ਅਦਾ ਆ ਗਿਆ ਕੋਲਡ ਦੱਸਦਾ ਤੁਹਾਨੂੰ ਵਾਰਮ ਪਰ ਚੱਲ ਜੂਗਾ ਮੈਨੂੰ ਅਦਾ ਜੇ ਵਾਰਮ ਦੱਸਦਾ ਤੁਹਾਨੂੰ ਆਨਸਰ ਪਹਿਲਾਂ ਪਤਾ ਚੱਲ ਜੂਗਾ ਕਿਹਦਾ ਕੀ ਹੈ ਚਲੋ ਕੋਈ ਗੱਲ ਨਹੀਂ ਉਵੇਂ ਬੋਮ ਕੁਐਸਚਨ ਦੇ ਵਿੱਚ ਆ ਤਾਂ ਜਨਰਲੀ ਆਪਾਂ ਕੋਲਡ ਤੋਂ ਸਟਾਰਟ ਕਰਦੇ ਆ ਕਿ ਕੋਲਡ ਜਿਹੜਾ ਬੂਟ ਹੈ ਉਹ ਕੀ ਹੁੰਦਾ ਕੋਲਡ ਬੂਟ ਕੀ ਹੁੰਦਾ ਜਦੋਂ ਆਪਾਂ ਕੰਪਿਊਟਰ ਨੂੰ ਸਟਾਰਟ ਕਰਦੇ ਆ ਸਟਾਰਟਿੰਗ ਤੋਂ ਸਟਾਰਟ ਕਰਦੇ ਆ ਜਦੋਂ ਆਪਾਂ ਕੰਪਿਊਟਰ ਨੂੰ ਸਟਾਰਟ ਕਰਦੇ ਆ ਮਤਲਬ ਕੰਪਿਊਟਰ ਪ੍ਰੋਪਰ ਤੁਹਾਡਾ ਕੀ ਹੋਇਆ ਪਿਆ ਸ਼ਟਡਾਊਨ ਹੋਇਆ ਪਿਆ ਕੰਪਿਊਟਰ ਪ੍ਰੋਪਰ ਤੁਹਾਡਾ ਸ਼ਟਡਾਊਨ ਹੋਇਆ ਪਿਆ ਉਸ ਤੋਂ ਬਾਅਦ ਤੁਸੀਂ ਉਸ ਕੰਪਿਊਟਰ ਨੂੰ ਸਟਾਰਟ ਕਰ ਰਹੇ ਹੋ ਸਟਾਰਟ ਫਰੋਮ ਸਟਾਰਟਿੰਗ ਫਰੋਮ ਸਟਾਰਟਿੰਗ ਮਤਲਬ ਪੂਰਾ ਬੰਦ ਸੀ ਪੂਰਾ ਠੰਡਾ ਸੀ ਉਹਨੂੰ ਕਿਹਾ ਜਾਂਦਾ ਕੋਲਡ ਬੂਟ ਉਸ ਚੀਜ਼ ਨੂੰ ਕੀ ਕਿਹਾ ਜਾਂਦਾ ਕੋਲਡ ਬੂਟ ਜਿਹੜਾ ਪ੍ਰੋਪਰ ਹੀ ਬੰਦ ਪਿਆ ਸੀ ਮਤਲਬ ਸ਼ਟਡਾਊਨ ਹੋਇਆ ਪਿਆ ਸੀ ਲੇਕਿਨ ਵਾਰਮ ਬੂਟ ਕੀ ਆ ਜਾਂਦਾ ਵਾਰਮ ਬੂਟ ਹੋ ਜਾਂਦਾ ਜਿੱਥੇ ਕੰਪਿਊਟਰ ਥੋੜਾ ਆਲਰੇਡੀ ਸਟਾਰਟ ਸੀਗਾ ਉਹਨੂੰ ਤੁਸੀਂ ਦੁਬਾਰੇ ਸਟਾਰਟ ਕਰਤਾ ਉਹਨੂੰ ਤੁਸੀਂ ਕੀ ਕਰਤਾ ਦੁਬਾਰੇ ਸਟਾਰਟ ਕਰਤਾ ਉਹ ਚੀਜ਼ ਆਪਣੇ ਕੋਲ ਕੀ ਆਂਦੀ ਹੈ ਰੀਸਟਾਰਟ ਉਹ ਜੀ ਆਪਣੇ ਕੋਲ ਕੀ ਆਂਦੀ ਹੈ ਰੀਸਟਾਰਟ ਜਿਹਨੂੰ ਕੀ ਕਿਹਾ ਜਾਂਦਾ ਵਾਰਮ ਬੂਟ ਕਿਹਾ ਜਾਂਦਾ ਹੈ if the displayed system time and date is wrong you can reset it using hun kehnda agar thode kol jehda time te date display ho riha oh thode kol galat display ho riha ਠੀਕ ਹੈ ਤਾਂ ਤੁਸੀਂ ਕਿੱਥੇ ਜਾ ਕੇ ਉਹਨੂੰ ਚੇਂਜ ਕਰ ਸਕਦੇ ਹੋ ਬਹੁਤ ਹੀ ਸਿੰਪਲ ਕੁਸ਼ਚਨ ਹੈ ਮੇ ਵੀ ਤੁਸੀਂ ਕੀਤਾ ਵੀ ਹੋ ਸਕਦਾ ਠੀਕ ਹੈ ਵੈਸੇ ਹੁਣ ਤੱਕ ਤਾਂ ਹੋਰ ਵੀ ਬਥੇਰੀਆਂ ਆਪਸ਼ਨਾਂ ਆ ਚੁੱਕੀਆਂ ਨੇ ਲੇਕਿਨ ਅਗਰ ਆਪਾਂ ਜਨਰਲ ਦੇਖਿਆ ਜਾਵੇ ਜਿਸ ਤਰੀਕੇ ਨਾਲ ਵੀ ਆਪਾਂ ਜਾਵਾਂਗੇ ਐਟ ਦੀ ਐਂਡੋ ਕੰਟਰੋਲ ਪੈਨਲ ਦੇ ਦੁਆਰਾ ਹੀ ਜੋ ਚੀਜ਼ ਐਕਚੁਅਲ ਦੇ ਵਿੱਚ ਜਿੱਥੇ ਟਾਈਮ ਚੇਂਜ ਹੁੰਦਾ ਠੀਕ ਹੈ ਉਹ ਚੀਜ਼ ਹੀ ਓਪਨ ਹੁੰਦੀ ਹੈ ਮਤਲਬ ਜੋ ਜਨਰਲ ਵੇ ਆਪ ਆਪਣਾ ਕੀ ਹੈ ਕੰਟਰੋਲ ਪੈਨਲ ਦੇ ਥਰੂ ਹੀ ਅਗਰ ਆਪਾਂ ਜਾਈਏ ਤਾਂ ਆਪਾਂ ਚੇਂਜ ਕਰ ਸਕਦੇ ਹਾਂ विच ऑफ द फॉलोइंग ऑपरेटिंग सिस्टम डू यू चूज टू इंप्लीमेंट ए कलाइंट सर्वर नैटवर्क नाओ क्वेश्चन पूछा गया क्लाइंट सर्वर नेटवर्क। नाओ क्लाइंट सर्वर नैटवर्क की गल करिए मतलब की है कलाइंट सर्वर नेटवर्क का ठीक है क्लाइंट सर्वर नेटवर्क का अपने को मतलब की है क्लाइंट सर्वर नैटवर्क की गल करिए मतलब स्पैशल एक विंडोज़ को तैयार किया गया सी. ਕੀ okay. ਸਪੈਸ਼ਲ ਇੱਕ ਵਿੰਡੋ ਸਪੈਸ਼ਲ ਤਾਂ ਨਹੀਂ ਕਹੂੰਗਾ ਮਤਲਬ ਇੱਕ ਟਾਈਮ ਪੀਰੀਅਡ ਤੋਂ ਬਾਅਦ ਹੀ ਇਹ ਵਿੰਡੋਸ ਹੈ ਜਿਹੜੀਆਂ ਉਹ ਮਾਰਕੀਟ ਦੇ ਵਿੱਚ ਆਉਣੀਆਂ ਸ਼ੁਰੂ ਹੋ ਗਿਆ ਸੀ ਜਿਦੇ ਵਿੱਚ ਕਲਾਇੰਟ ਕੀ ਕਰ ਸਕਦਾ ਜੋ ਵੀ ਤੁਹਾਡੇ ਕੋਲ ਆਪਣੇ ਕੋਲ ਕਲਾਇੰਟ ਹੈ ਜਿਦੇ ਵਿੱਚ ਆਪਾਂ ਇਨਕਲੂਡ ਕਰ ਸਕਦੇ ਹਾਂ ਅਲੱਗ-ਅਲੱਗ ਜਿਹੜੀਆਂ ਇਨਫੋਰਮੇਸ਼ਨ ਨੇ ਐਪਲੀਕੇਸ਼ਨ ਨੇ ਨੈਟਵਰਕਿੰਗ ਪੁਆਇੰਟ ਆਫ ਵਿਊਨਲ ਜਾਂ ਨੈਟਵਰਕ ਵਿਊਨਲ ਜਾਂ ਸੈਂਟਰਲ ਕੰਪਿਊਟਰ ਨਾਲ ਆਪਾਂ ਕੀ ਕਰ ਸਕਦੇ ਕਨੈਕਟ ਕਰ ਸਕਦੇ ਹਾਂ ਜਿਵੇਂ ਆ ਕਹ ਨੈਟਵਰਕਿੰਗ ਕਰਦੇ ਕਿਸੇ ਹੱਬ ਨਾਲ ਕਨੈਕਟ ਕੀਤਾ ਜਾਂਦਾ ਜਾਂ ਕਿਸੇ ਹੋਰ ਚੀਜ਼ ਨਾਲ ਕਨੈਕਟ ਕੀਤਾ ਜਾਂਦਾ ਉਹੀ ਚੀਜ਼ਾਂ ਇਹਦੇ ਵਿੱਚ ਦੇੰਦਾ ਜਿਹਨਾਂ ਨੂੰ ਕਨੈਕਟ ਕੀਤੇ ਜਾਂਦੇ ਤਾਂ ਉਹ ਚੀਜ਼ ਕਦੋਂ ਤੋਂ ਸਟਾਰਟ ਹੋਣੀ ਸ਼ੁਰੂ ਹੋਈ ਜਾਂ ਕਿਹੜੀ ਵਿੰਡੋਸ ਤੋਂ ਸਟਾਰਟ ਹੋਣੀ ਸ਼ੁਰੂ ਹੋਈ ਤਾਂ ਆਪਣੇ ਕੋਲ ਰਾਈਟ ਆਨਸਰ ਕੀ ਆ ਜਾਊਗਾ ਵਿੰਡੋ 2000 ਕਰੋ ਤੋਂ ਵਿੰਡੋ 2000 ਤੋਂ ਇਹ ਸਾਰਾ ਕੁਝ ਸਟਾਰਟ ਹੋਇਆ ਸੀ ਮਤਲਬ 2000 ਸਾਲ ਦੇ ਵਿੱਚ ਇਹ ਵਿੰਡੋ ਆਈ ਸੀ ਜਿਹਦਾ ਨਾਮ ਵੀ ਵਿੰਡੋ 2000 ਰੱਖਿਆ ਗਿਆ ਸੀ ਇਹਨੂੰ ਵਿੰਡੋਸ ਐਂਟੀ ਵੀ ਕਿਹਾ ਜਾਂਦਾ ਸੀ Windows NT new technology NT ਆਪਣੇ ਕੋਲ ਕੀ ਸੀ new technology ਸੀ ਜਿਹਦੇ ਵਿੱਚ ਮਤਲਬ ਨੈਟਵਰਕਿੰਗ ਦੀ ਚੀਜ਼ ਨੂੰ ਐਡ ਕੀਤਾ ਗਿਆ ਸੀ ਜੋ ਮਤਲਬ ਐਟ ਦੀ ਐਂਡ ਮਤਲਬ 2000 ਦੇ ਵਿੱਚ ਹੀ ਆ ਗਈ ਸੀ ਮਤਲਬ ਆਫੀਸ਼ੀਅਲੀ ਤਾਂ 2000 ਵਿੱਚ ਦੀ ਆਈ ਸੀ ਲੇਕਿਨ ਮਤਲਬ ਅਨਾਉਂਸ ਪਹਿਲਾਂ ਕਰ ਦਿੱਤਾ ਗਿਆ ਸੀ 1999 ਦੇ ਵਿੱਚ ਹੀ ਦੀ অপারেটিং ਸਿਸਟਮ ਕ੍ਰੀਏਟਸ ਡੈਸ਼ ਫਰੋਮ ਦੀ ਫਿਜ਼ੀਕਲ ਕੰਪਿਊਟਰ ਦੀ অপারেটিং ਸਿਸਟਮ ਕ੍ਰੀਏਟਸ ਡੈਸ਼ ਫਰੋਮ ਫਿਜ਼ੀਕਲ ਕੰਪਿਊਟਰ ਕਹਿੰਦਾ ਫਿਜ਼ੀਕਲ ਕੰਪਿਊਟਰ ਦੀ ਹੈਲਪ ਲੈ ਕੇ অপারেটিং ਸਿਸਟਮ ਕੀ ਕਰਦਾ ਇੱਕ ਅਲੱਗ ਤੋਂ ਇੱਕ ਚੀਜ਼ ਕ੍ਰੀਏਟ ਕਰ ਦਿੰਦਾ ਉਹ ਜਿਹੜੀ ਅਲੱਗ ਤੋਂ ਚੀਜ਼ ਹੁੰਦੀ ਹੈ ਮਤਲਬ ਕੀ ਹੈ ਕਿ ਸਾਨੂੰ ਦਿਖਤ ਆ ਰਹੀ ਹੈ ਆਪਾਂ ਉਸ ਚੀਜ਼ ਦਾ ਯੂਜ਼ ਤਾਂ ਕਰ ਰਹੇ ਹਾਂ ਲੇਕਿਨ ਉਹ ਐਕਚੁਅਲ ਦੇ ਵਿੱਚ ਹੈ ਨਹੀਂ ਮਤਲਬ ਆਪਣੇ ਕੋਲ ਕੀ ਇੱਕ ਵਰਚੁਅਲ ਚੀਜ਼ ਆ ਜਾਂਦੀ ਹੈ ਮਤਲਬ ਆਪਣੇ ਕੋਲ ਕੀ ਆ ਜਾਂਦੀ ਹੈ ਇੱਕ ਵਰਚੁਅਲ ਆ ਜਾਂਦੀ ਹੈ वर्चुअल की होंगे स्पेस होंगी होंगे या डिवाइस होंगे तो जो वर्चुअल चीज़ अपने सामने आती है वर्चुअल कंप्यूटर आ जाए की आ ज्यादा वर्चुअल कंप्यूटर जो एक फिजिकल फॉर्म सॉरी फिजिकल कंप्यूटर द्वारा क्रिएट किया जाता है विच टास्क रन फस्ट वेन द कंप्यूटर इज बूटेड एंड लोडिड ए ग्राफिकल यूजर इंटरफेस कहो थोड़ा कंप्यूटर बूट हो गया बूट का मतलब जो भी अपने कोपोनेंट से वो चैक कर ले प्रॉपरली ठीक ने प्रोपरली कनैक्ट ने उस तो बाद नैक्सट चीज़ कहूगी अपने को जो ऑपरेटिंग सिस्टम होगा वो रन होगा ऑपरेटिंग सिस्टम अपने को है, ग्राफिकल यूजर इंटरफेस है वो अपने को रन होगी उस तो नैक्सट चीज़ सब तो पहली चीज़ अपने को आऊगी अपने तो पूछा जाएगा भी तुम अगर यह कंप्यूटर के मालक हो या तुम इस कंप्यूटर यूज़ कर रहे हो तो अपनी उद पड़ताल करो ਜਾਨਪੜ ਸਾਲ ਕਿਸ ਤਰੀਕੇ ਨਾਲ ਕਰੋਗੇ অথেন্টিকেশন ਦੋਗੇ ਯੂਜ਼ਰ ਨੇਮ ਪਾਸਵਰਡ ਦੋਗੇ ਠੀਕ ਹੈ ਦੈਨ ਨੈਕਸਟ ਚੀਜ਼ ਆਪਣੇ ਕੋਲ ਕੀ ਆ ਜੂਗੀ অথেন্টিকেশন दिस इज़ नॉट एन इग्जांपल ऑफ ओपरेटिंग सिस्टम इन्होंपरेटिंग सिस्टम की इग्जांपल नहीं है विंडो टेन ओपरेटिंग सिस्टम की इग्जांपल है यूनिएक्स बी एस डी जो भी जो एक्चुअली यूनियक्स की है ठीक है वो भी अपने कोपरेटिंग सिस्टम की इग्जांपल है माइक्रोसॉफ्ट ऑफिस एक्सपी ठीक है यह अपने को एप्लीकेशन रेट हैट ठीक है जो अपने को अगेन लाइनैक्स ही है लाइनएक्स की टाइप है Microsoft released their first GUI based dash in uh, 1985 okay 1985 ਦੇ ਵਿੱਚ ਸਭ ਤੋਂ ਪਹਿਲੀ ਵਾਰੀ Microsoft Window ਦੇ ਦੁਆਰਾ ਪਹਿਲੀ ਵਾਰੀ GUI سٹਾਰਟ ਕੀਤਾ ਗਿਆ ਸੀ ਗ੍ਰਾਫੀਕਲ ਯੂਜ਼ਰ ਇੰਟਰਫੇਸ ਠੀਕ ਹੈ 1985 ਦੇ ਵਿੱਚ ਹੁਣ ਦੇਖੋ ਅਗਰ ਮੈਂ ਟਾਈਮ ਪੀਰੀਅਡ ਦੀ ਗੱਲ ਕਰਾਂ 1981 ਦੇ ਵਿੱਚ ਗੱਲ ਕਰਾਂ ਤਾਂ ਮੇਰੇ ਕੋਲ ਕੀ ਆਉਂਦੀ ਹੈ MS DOS ਹੈ ਨਾ MS DOS ਤੋਂ ਬਾਅਦ ਸਭ ਤੋਂ ਪਹਿਲੀ ਵਾਰ ਜਦੋਂ Windows ਬਣਾਈ ਗਈ ਸੀ ਕਦੋਂ ਬਣਾਈ ਗਈ ਸੀ 1985 ਦੇ ਵਿੱਚ ਬਣਾਈ ਗਈ ਸੀ 1985 ਦੇ ਵਿੱਚ ਜਿਹੜੀ ਸਭ ਤੋਂ ਪਹਿਲੀ ਵਾਰ ਇਹ ਵਿੰਡੋ ਬਣਾਈ ਗਈ ਸੀ ਉਹ ਆਪਣੇ ਕੋਲ ਕੀ ਸੀ GUI ਸੀ ਮਤਲਬ ਉਰੇਚ ਆਈਕਨਸ ਯੂਸ ਹੋ ਰਹੇ ਸੀ ਕਿਉਂਕਿ MS DOS ਦੀ ਗੱਲ ਕਰੇ ਜੋ ਕਿ ਸੀ ਕਮਾਂਡ ਲਾਈਨ ਇੰਟਰਫੇਸ ਸੀ CMD ਕਮਾਂਡ ਲਾਈਨ ਇੰਟਰਫੇਸ ਸੀ ਹਣਾ ਤਾਂ ਉਸ ਤੋਂ ਬਾਅਦ ਜਿਹੜੇ ਆਈਕਨ ਯੂਜ਼ ਹੋਣੇ ਸ਼ੁਰੂ ਹੋਏ ਸੀ ਕਦੋਂ 1985 ਦੇ ਵਿੱਚ ਜਿਹੜੇ ਕਰਕੇ ਇਹਨੂੰ ਫਸਟ ਜੀ ਯੂ ਆਈ ਕਿਹਾ ਗਿਆ ਪਹਿਲੀ ਗ੍ਰਾਫੀਕਲ ਯੂਜ਼ਰ ਇੰਟਰਫੇਸ ਕਿਹਾ ਗਿਆ ਜੋ ਕਦੋਂ ਆਇਆ ਸੀ 1985 ਦੇ ਵਿੱਚ ਆਇਆ ਸੀ ਕਿਹੜੀ ਵਿੰਡੋਸ ਸੀ ਸਭ ਤੋਂ ਪਹਿਲੀ ਵਿੰਡੋਸ ਸੀ ਮਤਲਬ ਵਿੰਡੋਸ 1.0 ਓਕੇ ਅ which windows is used for pc business desktops laptop and servers ਹਾਂਜੀ ਕਿਹੜੀ ਅਹ ਜੀ ਵਿੰਡੋ ਹੈ ਜਿਹੜੀ ਲੈਪਟਾਪਸ ਦੇ ਵਿੱਚ ਪੀਸੀ ਦੇ ਵਿੱਚ ਡੈਸਕਟਾਪਸ ਦੇ ਵਿੱਚ ਜਾਂ ਆਪਾਂ ਸਰਵਰ ਦੇ ਨਾਲ ਮਿਲ ਕੇ ਯੂਜ਼ ਕਰ ਸਕਦੇ ਹਾਂ ਹੁਣ ਹੀ ਆਪਾਂ ਥੋੜੀ ਜਿਹੀ ਪਹਿਲਾਂ ਇੱਕ ਚੀਜ਼ ਪੜ੍ਹੀ ਸੀ ਕਿ ਅਹ ਜੀ ਕਿਹੜੀ ਵਿੰਡੋ ਸੀ ਜਿਹਦੇ ਵਿੱਚ ਆਪਾਂ ਮਤਲਬ ਕਨੈਕਟ ਕਰ ਸਕਦੇ ਸੀ ਨੈਟਵਰਕਿੰਗ ਕਰ ਸਕਦੇ ਸੀ ਪੜ੍ਹੀ ਸੀ ਨਾ ਕਿਹੜੀ ਸੀਗੀ ਉਹ ਵਿੰਡੋ 2000 ਮਤਲਬ ਵਿੰਡੋ 2000 ਤੋਂ ਬਾਅਦ ਜਿਹੜੇ ਵੀ ਵਰਜ਼ਨ ਆਇਆ ਉਹ ਸਾਰੇ ਵਿੱਚ ਆਪ ਨੂੰ ਨੈਟਵਰਕਿੰਗ ਅਵੇਲੇਬਲ ਸੀ ਲੇਕਿਨ ਅਗਰ ਆਪਣੇ ਕੋਲ ਐਜ ਆ ਕੁਸ਼ਨ ਆਂਦਾ ਤੇ ਵਿੰਡੋ 2000 ਹੋ ਰਹੀ ਹੈ ਤਾਂ ਆਪਾਂ ਇਹ ਮਾਰ ਕਰਾਂਗੇ ਅਦਰਵਾਇਸ ਅਗਰ ਵਿੰਡੋ 3 ਹੈ ਤਾਂ ਕੈਨਸਲ ਕਰ ਦਿਓ ਐਕਸਪੀ ਹੈ ਵਿੰਡੋ 2000 ਤੋਂ ਬਾਅਦ ਆਈ ਹੈ ਵਿੰਡੋ 7 ਵਿੰਡੋ 2000 ਤੋਂ ਬਾਅਦ ਹੀ ਆਈ ਹੈ ਇਹ ਦੋਨਾਂ ਦੇ ਵਿੱਚ ਤਾਂ ਹੈਗੇ ਸੀਗਾ ਇਹਦੇ ਤਾਂ ਸੀਗਾ ਨਹੀਂ ਤਾਂ ਰਾਈਟ ਆਨਸਰ ਆਪਨੇ ਕੋਲ ਕੀ ਹੋਊਗਾ ਵਿੰਡੋ 2000 ਜਿਹਦੇ ਵਿੱਚ ਆਪਾਂ ਪ੍ਰੋਫੈਸ਼ਨਲ ਤਰੀਕੇ ਨਾਲ ਗਾਰਸ ਕਰ મતલਬ ਕੰਮ ਕਰ ਸਕਦੇ ਸੀ ਸਰਵਸ ਬੇਸ ਕੰਮ ਕਰ ਸਕਦੇ ਸੀ ਠੀਕ ਹੈ ਈਵਨ ਕਿ ਇਹਦੇ ਵਿੱਚ ਡਾਟਾ ਸੈਂਟਰ ਸਰਵਰ ਤੇ મતલਬ ਹੋਰ ਦੀ ਵਰਡ ਆਇੰਦਾ ਇੱਕ ਐਡਵਾਂਸ ਸੈਂਟਰ ਵਰਬ ਐਡਵਾਂਸ ਐਡਵਾਂਸ ਸੈਂਟਰ ਸਰਵਰ ਦੇ थ्रू ਆਪਾਂ ਕੰਮ ਕਰ ਸਕਦੇ ਸੀ મતલਬ ਬਿਜ਼ਨਸ ਲਾਈਨ ਦੇ थ्रू ਆਪਾਂ ਕਨੈਕਟ ਹੋ ਕੇ ਕੰਮ ਕਰ ਸਕਦੇ ਸੀ ਵਿੰਡੋਸ 2000 ਦੇ ਵਿੱਚ ਚਲੋ ਜੀ ਥੈਟਸ ਆਲ ਫॉर ਟੁਡੇ ਅੱਜ ਲਈ ਇਹਨਾਂ ਬਹੁਤ ਹੈ ਠੀਕ ਹੈ ਅ ਉਮੀਦ ਕਰਦਾ ਤੁਹਾਨੂੰ ਸੈਸ਼ਨ ਤੁਹਾਡੇ ਵਧੀਆ ਰਹੇ ਹੋਣਗੇ ਠੀਕ ਹੈ ਤੁਸੀਂ ਦੁਸ਼ਹਿਰੇ ਦੇ ਨਾਲ ਨਾਲ ਸੋਰੀ ਦੁਸ਼ਹਿਰਾ ਕਰ ਰਹੇ ਦੀਵਾਲੀ ਦੇ ਨਾਲ ਨਾਲ ਭਾਈ ਦੂਜ ਦੇ ਨਾਲ ਨਾਲ ਤੇ ਵਿਸ਼ਕਰਮ ਦੇ ਨਾਲ ਨਾਲ ਆਪਣੀ ਪੜਾਈ ਤੇ ਵੀ ਕਨਸਿਡਰ ਕੀਤਾ ਹੋਣਾ ਕਨਸਿਡਰ ਦਾ ਮਤਲਬ ਥੋੜਾ ਥੋੜਾ ਟਾਈਮ ਕੱਢ ਕੇ ਤੁਸੀਂ ਵਿਦਨ ਟੱਚ ਰਹੇ ਹੋਗੇ ਜਿਹਦੇ ਕਰਕੇ ਹੀ ਸੈਸ਼ਨ ਰੱਖੇ ਗਏ ਸੀ ਸਾਨੂੰ ਐਦਾਂ ਸੀਗਾ ਵੀ ਤੁਸੀਂ ਜੁੜੇ ਰਹੋ एकदम कट ऑफ ना कर दो पढ़ाई ठीक है हाँ छुट्टियाँ आ गई इंजॉय करो रिलैक्स करने का टाइम है लेकिन जुड़े रहो थोड़े बहुत ठीक है चलो जी दैट्स ऑल फॉर टुडे टेक केयर बाय सी यू एंड जय हिंद